ਪਿੱਟੂ ਨੂੰ ਕੋਈ ਗੱਲ ਦੀ ਸ਼ਰਤ ਲਾਉਣੀ ਹੈ ਤਾਂ ਲਾ ਲਾ ਕਿ ਅਗਰ ਪੰਜਾਬ ਚੋਂ ਇੱਕ ਵੀ ਆਮ ਜੇ ਬੀਜੇਪੀ ਦੀ ਸੀਟ ਜਿੱਤ ਗਈ ਤਾਂ ਰਾਜਾ ਵੜਿੰਗ ਰਾਜਨੀਤੀ ਛੱਡ ਜਾਏਗਾ, ਤੂੰ ਛੱਡੇਗਾ ਰਾਜਨੀਤੀ। ਕਹਿੰਦੇ 1 ਜੂਨ ਨੂੰ ਇਹ ਚੀਜ਼ ਯਾਦ ਰੱਖਿਓ ਕਿ ਤੋਪਾਂ ਜਿਹੜੀਆਂ ਨੇ, ਗੋਲੇ ਜਿਹੜੇ ਨੇ ਹਰਿਮੰਦਰ ਸਾਹਿਬ ਦੇ ਵੱਲ, ਦਰਬਾਰ ਸਾਹਿਬ ਦੇ ਵੱਲ ਜਿਹੜੇ ਹੋਏ ਸੀ। ਤੂੰ ਹਰਿਮੰਦਰ ਸਾਹਿਬ ਦਾ ਬਹੁਤ ਪ੍ਰੇਮੀ ਹੈ, ਗੁਰੂ ਦਾ ਸਿੱਖ ਨਹੀਂ ਹੈ ਤੂੰ, ਤੂੰ ਨਕਲਚੀ ਹੈ। ਗੋਡੇ ਟੇਕਿਆ ਆ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੇ, ਉਹ ਸਿੱਖ ਹੋ ਹੀ ਨਹੀਂ ਸਕਦਾ। ਔਰ ਬਿੱਟੂ ਮੈਂ ਤੈਨੂੰ ਦੱਸਦਿਆਂ, ਤੈਨੂੰ ਕਿਸੇ ਸਿੱਖ ਨੇ ਵੋਟ ਨਹੀਂ ਪਾਉਣੀ, ਤੇਰਾ ਇਤਿਹਾਸ ਲੋਕ ਜਾਣਦੇ ਨੇ, ਤੇਰੀ ਫਿਦਰਤ ਲੋਕ ਜਾਣਦੇ ਨੇ, ਤੂੰ ਸਿੱਖਾਂ ਬਾਰੇ ਕੀ ਬਿਆਨ ਦਿੰਦਾ ਰਿਹਾ ਉਹ ਲੋਕ ਜਾਣਦੇ ਨੇ। ਕਾਂਗਰਸ ਦੇ ਵਿੱਚ ਆਮ ਜਿਹੜਾ ਕੋਈ ਵੀ ਜਾਂਦਾ, ਆਮ ਦੀ ਕਹਿੰਦੇ ਕਦਰ ਨਹੀਂ ਕਰਦੇ ਕੋਈ। ਬਿੱਟੂ ਆਮ ਹੈ, ਕਹਿੰਦੇ ਮੈਂ ਗਿਆ ਕਦਰ ਬਿੱਟੂ ਆਮ ਹੈ। ਕਮਲਜੀਤ ਸਿੰਘ ਬਰਾੜ ਵੀ ਇੱਥੋਂ ਚੋਣ ਜਿਹੜੇ ਆ ਉਹ, ਸੋ ਪਲੀਜ਼ ਡੋਨਟ ਟਾਕ ਅਬਾਊਟ ਐਨੀ ਬਡੀ ਜਿਹਦਾ ਮੇਰੇ ਨਾਲ ਕੋਈ ਲੈਵਲ ਨਹੀਂ ਹੈ, ਮੈਂ ਉਹਦੇ ਬਾਰੇ ਗੱਲ ਨਹੀਂ ਕਰਨੀ। 2.5 ਸਾਲਾਂ ਦਾ ਪੱਪੀ ਪ੍ਰਸ਼ਨ ਨੂੰ ਲੋਕਾਂ ਨੇ ਦੇਖ ਲਿਆ, ਇਹ ਤਾਂ ਵਿਧਾਨ ਸਭਾ ਦਾ ਮਟੀਰੀਅਲ ਵੀ ਨਹੀਂ ਹੈ। ਸਾਨੂੰ ਮਟੀਰੀਅਲ ਹੀ ਦੱਸਦੇ ਆਮ ਘਰਾਂ ਦੇ ਪੱਤਾਂ ਨੇ। ਪੰਜਾਬ ਦੀ ਵਿਧਾਨ ਸਭਾ 'ਚ ਪੱਪੀ ਜੀ ਨੂੰ ਕਦੇ ਬੋਲਦਿਆਂ ਮੂੰਹ ਖੋਲਦਿਆਂ ਨਹੀਂ ਦੇਖਿਆ, ਜੇਕਰ ਬਹਿ ਜਾ ਮੈਂ ਨਹੀਂ ਕਦੇ ਦੇਖਿਆ। 50 ਸਾਲ ਦੀ ਉਮਰ ਤੱਕ ਕਾਂਗਰਸ ਪਾਰਟੀ ਨੇ ਖਵਾਇਆ, ਪਿਲਾਇਆ, ਵੱਡਾ ਕੀਤਾ। ਮੈਨੂੰ ਚਿਹਰਾ ਨਜ਼ਰ ਆਉਂਦਾ ਤਾਂ 10 ਸਾਲ ਪਹਿਲਾਂ ਕਿਉਂ ਨਹੀਂ ਗਿਆ ਬੀਜੇਪੀ 'ਚ, ਜੋ ਤੇਰੇ ਦਾਦਾ ਜੀ ਦਾ ਚਿਹਰਾ ਨਜ਼ਰ ਆ ਗਿਆ ਸੀ ਮੋਦੀ 'ਚ। ਕਹਿੰਦੇ ਨੇ ਕਿ ਬਿੱਟੂ ਤੇ ਵੜਿੰਗ ਗੱਪੀ ਜਿੱਤੂਗਾ ਸਾਡਾ ਪੱਪੀ। ਰਾਜਾ ਵੜਿੰਗ ਪਾਕ ਤੇ ਪਵਿੱਤਰ ਬਿਲਕੁਲ ਸਾਫ ਹੈ। ਜੇ ਮੈਂ ਬੇਈਮਾਨ ਹੁੰਦਾ ਤਾਂ ਮੈਨੂੰ ਤੀਜੀ ਵਾਰੀ ਇਸ ਹਨੇਰੀ 'ਚ ਜਿੱਥੇ ਪੱਪੀ ਪ੍ਰਸ਼ਨ ਵਰਗੇ ਵੀ ਜਿੱਤ ਗਏ, ਫਿਰ ਰਾਜਾ ਵੜਿੰਗ ਵੀ ਹਾਰ ਜਾਂਦਾ। ਕਹਿੰਦੇ ਆ ਨਾ, ਪਹਿਲਾ ਪਿਆਰ ਹੁੰਦਾ ਗਿੱਦੜਬਾ, ਪਹਿਲਾ ਪਿਆਰ ਹੈ ਗਿੱਦੜਬਾ ਦੇ ਲੋਕਾਂ ਨਾਲ ਇਸ਼ਕ, ਉਨੀ ਕੀ ਕਿਰਪਾ ਸੀ ਸਜੇ ਹਮ। ਗਿੱਦੜਬਾ ਨਾਲ ਇਸ਼ਕ ਆ ਤੇ ਫਿਰ ਲੁਧਿਆਣੇ ਵਾਲ ਨਾਲ ਕੀ ਹੈ? ਕਹਿੰਦੇ ਕਿ ਜਿਹੜੀਆਂ ਬਾਡੀਆਂ ਪੰਜਾਬ ਦੇ ਵਿੱਚੋਂ ਲੱਗਣੀਆਂ ਚਾਹੀਦੀਆਂ ਸੀ ਉਹ ਰਾਜਸਥਾਨ ਤੋਂ ਲਵਾਈਆਂ। ਬੱਸਾਂ ਦੀਆਂ ਬਾਡੀਆਂ 2.5 ਸਾਲ ਹੋ ਗਏ, ਕੀ ਹੈ ਬੱਸਾਂ ਦੀਆਂ ਬਾਡੀਆਂ 'ਚ? ਚਾਹੇ ਆਮ ਆਦਮੀ ਪਾਰਟੀ ਜਿੱਤਦੀ ਹੈ, ਚਾਹੇ ਕਾਂਗਰਸ ਜਿੱਤਦੀ ਆ, ਕਹਿੰਦੇ ਉੱਪਰ ਖਾਤੇ ਤਾਂ ਇਹ ਇੱਕੋ ਨੇ। ਪੰਜਾਬ ਹਮੇਸ਼ਾ ਵੱਖ ਚੱਲਿਆ। ਦਿੱਲੀ ਵਾਲੇ ਨੂੰ ਕਹਿਤਾ ਸੀ ਅਸੀਂ ਕਿ ਅਸੀਂ ਘਰੇ ਬਹਿ ਜਾਵਾਂਗੇ, ਇਹਨਾਂ ਨਾਲ ਸਮਝੌਤਾ ਕਦੇ ਨਾ ਹੋਣਾ ਨਾ ਅਸੀਂ ਕਰਨਾ। ਕਹਿੰਦੇ 180 ਕਿਲੋਮੀਟਰ ਦੂਰ ਕਿੱਧਰ ਜਾਇਆ ਕਰਨਗੇ ਲੁਧਿਆਣੇ ਵਾਲੇ ਮੁਸ਼ਕਲਾਂ ਹੱਲ ਕਰਵਾਉਣ ਦੇ ਲਈ? ਡਾਕਟਰ ਚੰਗਾ ਹੋਣਾ ਚਾਹੀਦਾ, ਇਲਾਜ ਬੰਦਾ ਕਲਕੱਤਿਓਂ ਜਾ ਕੇ ਵੀ ਕਰਾ ਦਿੰਦਾ ਹੈ। ਡਾਕਟਰ ਮਾੜਾ ਹੋਵੇ, ਧੁਣਕਦਾ ਟੀਕਾ ਲਾ ਦੇ ਪੱਪੀ ਜੀ ਵਰਗਾ ਬੰਦਾ ਹੀ ਮਾਰ ਦੇ, ਉਸ ਡਾਕਟਰ ਦਾ ਕੋਈ ਫਾਇਦਾ ਨਹੀਂ। ਲੱਗਦਾ ਬਰਿੰਡੇ ਪਰ ਥੋੜੀ ਮੋਟੀ ਗੇਮ ਹੋਰ ਹੋ ਸਕਦੀ ਜੇਕਰ ਵੜਿੰਗ ਪਰਿਵਾਰ ਹੁੰਦਾ ਉੱਥੇ? ਗੇਮ ਤਾਂ ਜੀ ਜਿੱਥੇ ਰਾਜਾ ਵੜਿੰਗ ਜਾਂਦਾ ਹੈ ਉੱਥੇ ਗੇਮ ਤਾਂ ਬਣਾ ਹੀ ਦਿੰਦਾ ਹੈ, ਉੱਥੇ ਉੱਥੋਂ ਦਾ ਤਾਪਮਾਨ ਤਾਂ ਗਰਮ ਕਰ ਹੀ ਦਿੰਦਾ ਹੈ। ਐਸਾ ਕੀ ਹੈ ਰਾਜਾ ਵੜਿੰਗ? ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ, ਉਮੀਦ ਕਰਦਾ ਠੀਕ ਠਾਕ ਹੋਵੋਗੇ। ਇਸ ਵੇਲੇ ਅਸੀਂ ਲੁਧਿਆਣੇ ਦੇ ਵਿੱਚ ਹਾਂ ਅਤੇ ਲੁਧਿਆਣੇ 'ਤੇ ਹਰ ਵੋਟਰ ਦੀ ਨਿਗਾਹ ਜਿਹੜੀ ਆ ਉਹ ਟਿੱਕੀ ਹੋਈ ਹੈ ਅਤੇ ਖਾਸ ਕਰ ਪੰਜਾਬੀਆਂ ਦੀ ਨਿਗਾਹ ਟਿੱਕੀ ਹੋਈ ਹੈ, ਕਿਉਂਕਿ ਲੁਧਿਆਣਾ ਹੌਟ ਸੀਟ ਹੈ ਕਾਂਗਰਸ ਦੇ ਵੱਲੋਂ। ਖੁਦ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਆ ਇਸ ਸੀਟ ਦੇ ਉੱਪਰੋਂ ਜਿਹੜੇ ਆ ਉਹ ਲੜ ਰਹੇ ਆ। ਮੇਰੇ ਨਾਲ ਵੜਿੰਗ ਸਾਹਿਬ ਨੇ, ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਪਤੰਗ। ਵੜਿੰਗ ਸਾਹਿਬ ਸਵਾਗਤ RMB ਟੈਲੀਵਿਜ਼ਨ। ਕੀ ਹਾਲ ਹੈ ਜੀ ਗਰੇਵਾਲ? ਠੀਕ ਠਾਕ ਹੋ? ਵਧੀਆ, ਚੜ੍ਹਦੀ ਕਲਾ। ਕੀ ਕਹਿੰਦਾ ਹੈ ਜੀ ਲੁਧਿਆਣਾ ਫਿਰ ਇਸ ਵਾਰ? ਲੁਧਿਆਣਾ ਕਹਿੰਦਾ ਕਿ ਵੜਿੰਗ ਆ ਗਿਆ, ਤੂੰ ਤੈਨੂੰ ਜਿਤਾ ਕੇ ਭੇਜਣਾ, ਇਹ ਕਹਿੰਦਾ ਵੜਿਆਣਾ। ਪਰ ਰਵਨੀਤ ਬਿੱਟੂ ਤਾਂ ਕੱਲ੍ਹ ਦੀ ਜੇ ਸਪੀਚ ਦੀ ਗੱਲ ਕਰਾਂ ਤਾਂ ਬੜਾ ਕੁਝ ਕਹਿੰਦੇ ਜਿਹੜੇ ਨਜ਼ਰ ਆਏ ਆਪਦੀ ਪਾਰਟੀ 'ਤੇ, ਜੇ ਪੁਰਾਣੀ ਪਾਰਟੀ 'ਚ ਕਰਾਂ, ਸਾਬਕਾ ਪਾਰਟੀ 'ਤੇ ਤੁਮਤ ਲਾਉਂਦੇ ਬੜੇ ਨਜ਼ਰ ਆਏ। ਕਹਿੰਦੇ 1 ਜੂਨ ਨੂੰ ਇਹ ਚੀਜ਼ ਯਾਦ ਰੱਖਿਓ ਕਿ ਤੋਪਾਂ ਜਿਹੜੀਆਂ ਨੇ, ਗੋਲੇ ਜਿਹੜੇ ਨੇ ਹਰਿਮੰਦਰ ਸਾਹਿਬ ਦੇ ਵੱਲ, ਦਰਬਾਰ ਸਾਹਿਬ ਦੇ ਵੱਲ ਜਿਹੜੇ ਹੋਏ ਸੀ। ਬਿੱਟੂ ਨੂੰ ਕੋਈ ਗੱਲ ਦੀ ਸ਼ਰਤ ਲਾਉਣੀ ਹੈ ਤਾਂ ਲਾ ਲਾ ਕਿ ਅਗਰ ਪੰਜਾਬ 'ਚੋਂ ਇੱਕ ਵੀ ਆਮ ਜੇ ਬੀਜੇਪੀ ਦੀ ਸੀਟ ਜਿੱਤ ਗਈ ਤਾਂ ਰਾਜਾ ਵੜਿੰਗ ਰਾਜਨੀਤੀ ਛੱਡ ਜਾਏਗਾ, ਤੂੰ ਛੱਡੇਗਾ ਰਾਜਨੀਤੀ, ਤੂੰ ਰਾਜਨੀਤੀ ਛੱਡੇਗਾ। ਔਰ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਹੜਾ ਵਿਅਕਤੀ ਨੂੰ 50 ਸਾਲ ਦੀ ਉਮਰ ਤੱਕ ਕਾਂਗਰਸ ਪਾਰਟੀ ਨੇ ਖਵਾਇਆ, ਪਿਲਾਇਆ, ਵੱਡਾ ਕੀਤਾ,
ਉਹ ਵਿਅਕਤੀ ਇਹੋ ਜਿਹੀ ਸ਼ਰਮਨਾਕ ਗੱਲ ਕਹੇ ਕਿ ਤੋਪਾਂ ਦੇ ਗੋਲੇ ਹਰਿਮੰਦਰ ਸਾਹਿਬ ਨੂੰ ਕੀ ਗੱਲ ਕਰਨਾ ਚਾਹੁੰਦਾ, ਪੋਲਰਾਈਜੇਸ਼ਨ ਕਰਨਾ ਚਾਹੁੰਦਾ ਹੈ ਬਿੱਟੂ। ਔਰ ਬਿੱਟੂ ਮੈਂ ਤੈਨੂੰ ਦੱਸਦਿਆਂ, ਤੈਨੂੰ ਕਿਸੇ ਸਿੱਖ ਨੇ ਵੋਟ ਨਹੀਂ ਪਾਉਣੀ, ਤੇਰਾ ਇਤਿਹਾਸ ਲੋਕ ਜਾਣਦੇ ਨੇ, ਤੇਰੀ ਫਿਦਰਤ ਲੋਕ ਜਾਣਦੇ ਨੇ, ਤੂੰ ਸਿੱਖਾਂ ਬਾਰੇ ਕੀ ਬਿਆਨ ਦਿੰਦਾ ਰਿਹਾ ਉਹ ਲੋਕ ਜਾਣਦੇ ਨੇ। ਤੂੰ ਗੱਲ ਕਰ ਰਿਹਾ ਕਿ ਹਰਿਮੰਦਰ, ਤੂੰ ਹਰਿਮੰਦਰ ਸਾਹਿਬ ਦਾ ਬਹੁਤ ਪ੍ਰੇਮੀ ਹੈ, ਸ਼ਰਮ ਹੋਣੀ ਚਾਹੀਦੀ ਹੈ ਇਹੋ ਜਿਹੀਆਂ ਗੱਲਾਂ ਕਰਦੇ ਨੂੰ। ਗੁਰੂ ਦਾ ਸਿੱਖ ਨਹੀਂ ਹੈ ਤੂੰ, ਤੂੰ ਨਕਲਚੀ ਹੈ। ਜਿਹੜਾ ਵਿਅਕਤੀ ਗੋਡੇ ਟੇਕ ਆਇਆ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ, ਉਹ ਸਿੱਖ ਹੋ ਹੀ ਨਹੀਂ ਸਕਦਾ। ਚੈੱਕ ਕਰਨ ਦੀ ਲੋੜ ਹੈ। ਪ੍ਰਿੰਸ ਸਾਹਿਬ ਇੱਕ ਗੱਲ ਹੋਰ ਕਹਿੰਦੇ ਨੇ, ਕਹਿੰਦੇ ਜੇਕਰ ਮੈਨੂੰ ਬੇਅੰਤ ਸਿੰਘ ਹੋਰਾਂ ਦਾ ਚਿਹਰਾ ਕਿਸੇ 'ਚੋਂ ਨਜ਼ਰ ਆਇਆ ਤਾਂ ਉਹ ਸਿਰਫ ਅਤੇ ਸਿਰਫ ਨਰਿੰਦਰ ਮੋਦੀ ਨੇ, ਹੋਰ ਕਿਸੇ 'ਚੋਂ ਨਜ਼ਰ ਨਹੀਂ ਆਇਆ। ਉਹਨੂੰ ਕਹਿ ਪਹਿਲਾਂ ਦਾ ਕੀ ਕਰਦਾ ਸੀ 10 ਸਾਲਾਂ ਦਾ, ਤੈਨੂੰ ਹੁਣ ਅਚਨਚੇਤ ਹੀ ਨਜ਼ਰ ਆ ਗਿਆ ਰਾਤ ਨੂੰ ਸੁੱਤੇ ਪਏ ਨੂੰ? 50 ਸਾਲਾਂ ਦਾ ਹੋ ਗਿਆ। ਨਰਿੰਦਰ ਮੋਦੀ ਜੀ ਤਾਂ ਇਸ ਤੋਂ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਰਹੇ ਔਰ ਦੇਸ਼ ਦਾ ਪ੍ਰਧਾਨ ਮੰਤਰੀ 10 ਸਾਲ ਰਹੇ। ਕੀ ਅਚਨਚੇਤ ਇਲੈਕਸ਼ਨਾਂ ਤੋਂ ਪਹਿਲਾਂ ਮਹੀਨਾ ਤੈਨੂੰ ਚਿਹਰਾ ਨਜ਼ਰ ਆਇਆ? ਮੈਂ ਪੁੱਛਣਾ ਚਾਹੁੰਦਾ, ਉਦੋਂ ਪਹਿਲਾਂ ਤੈਨੂੰ ਚਿਹਰਾ ਨਜ਼ਰ ਨਹੀਂ ਆਇਆ? ਕੀ ਤੇਰੀ ਭਾਵਨਾ ਹੁਣੇ ਜਾਗੀ ਜਦੋਂ ਤੂੰ ਚੁਣਾਵ ਹਾਰ ਰਿਹਾ ਸੀ? ਮਤਲਬ ਕਿ ਇਹੋ ਜਿਹੀਆਂ ਗੱਲਾਂ ਜਦੋਂ ਪੋਲੀਟੀਸ਼ੀਅਨ ਕਰਦੇ ਆ ਝੂਠੀਆਂ, ਤਾਂ ਯਾਰ ਸ਼ਰਮ ਆਉਂਦੀ ਹੈ। ਔਰ ਖਾਸ ਕਰਕੇ 3 ਵਾਰ ਦਾ ਬਣਿਆ ਮੈਂਬਰ ਆਫ ਪਾਰਲੀਮੈਂਟ, ਯਾਰ ਮੈਨੂੰ ਚਿਹਰਾ ਨਜ਼ਰ ਆਉਂਦਾ ਤਾਂ 10 ਸਾਲ ਪਹਿਲਾਂ ਕਿਉਂ ਨਹੀਂ ਗਿਆ ਬੀਜੇਪੀ 'ਚ, ਜੋ ਤੈਨੂੰ ਤੇਰੇ ਦਾਦਾ ਜੀ ਦਾ ਚਿਹਰਾ ਨਜ਼ਰ ਆ ਗਿਆ ਸੀ ਮੋਦੀ 'ਚ? ਉਹ ਕਹਿੰਦੇ ਹੁਣ ਛਾਤੀ ਦੇ ਨਾਲ ਲਾ ਕੇ ਲਾਇਆ ਮੈਨੂੰ ਨਰਿੰਦਰ ਮੋਦੀ, ਪਹਿਲਾਂ ਛਾਤੀ ਨਾਲ ਨਹੀਂ ਲਾਇਆ ਸੀ, ਹੁਣ ਹੀ ਚਿਹਰਾ ਆਇਆ। ਕੱਲ੍ਹ ਨੂੰ ਤੂੰ ਕਹੇਂਗਾ ਮੈਨੂੰ ਹੁਣ ਲਾ ਕੇ ਛਾਤੀ ਨੂੰ ਸਿੱਟ ਦਿੱਤਾ। ਕਦੇ ਤੂੰ ਕਹਿੰਦਾ ਸੀ ਰਾਹੁਲ ਗਾਂਧੀ ਮੇਰਾ ਮੈਂਟਰ ਹੈ, ਕਦੇ ਤੂੰ ਕਹਿੰਦਾ ਸੀ ਰਾਹੁਲ ਗਾਂਧੀ ਮੇਰੀ ਜਿੰਦ ਜਾਨ ਹੈ, ਮੇਰੀ ਜ਼ਿੰਦਗੀ ਇੱਥੋਂ ਸ਼ੁਰੂ ਹੁੰਦੀ ਹੈ ਅਤੇ ਮੇਰੀ ਖਤਮ ਇੱਥੋਂ ਹੁੰਦੀ ਹੈ। ਦੇਖ ਲਓ ਰਹੀਆਂ ਇੰਟਰਵਿਊਜ਼ ਕੀ ਕਿਹਾ ਉਹਨਾਂ ਨੇ ਆਹ ਭਾਰਤ ਜੋੜੋ ਯਾਤਰਾ 'ਚ ਰਾਹੁਲ ਗਾਂਧੀ ਬਾਰੇ। ਸੋ ਇਹੋ ਜਿਹੇ ਬੰਦੇ ਦਾ ਕੋਈ ਦੀਨ ਨਹੀਂ ਹੈ, ਕੋਈ ਮਜ਼ਹਬ ਨਹੀਂ ਹੈ, ਕੋਈ ਧਰਮ ਨਹੀਂ ਹੈ, ਇਸੇ ਕਰਕੇ ਇਹਨਾਂ ਦਾ ਕਰੈਕਟਰ ਨਹੀਂ ਹੈ। ਇਹ ਕੁਛ ਵੀ ਕਹਿ ਸਕਦੇ। ਕੱਲ੍ਹ ਨੂੰ ਨਰਿੰਦਰ ਮੋਦੀ ਦੇ ਬਾਰੇ ਜਿਸ ਪ੍ਰਕਾਰ ਦੀ ਉਹ ਵੀਡੀਓ ਵਾਇਰਲ ਹੋਈ, ਆਡੀਓ, ਉਹਦੇ 'ਚ ਕਿਹਾ ਕਿ ਨਰਿੰਦਰ ਮੋਦੀ ਨੂੰ ਤਾਂ ਪਤਾ ਹੀ ਨਹੀਂ, ਇਹ ਤਾਂ ਕਿਸੇ ਨਕਲੀ ਸਿੱਖ ਵੀ ਕੋਈ ਪੱਗ ਬੰਨ ਕੇ ਜਾਵੜੇ ਉਹਨੂੰ ਵੀ ਗਲੇ ਲਾ ਲੈਂਦਾ। ਹੁਣ ਕਹੀ ਜਾਂਦਾ ਮੇਰੇ ਦਾਦਾ ਜੀ ਦਾ ਚਿਹਰਾ ਦੇਖਦਾ, ਅਤੇ ਫਿਰ ਗੁਰਕੀਰਤ ਧਰਨ ਨੂੰ ਕੀਰਤ ਦਾਦਾ ਜੀ ਦਾ ਚਿਹਰਾ ਕਿੱਥੇ ਦੇਖਦਾ ਹੋਏਗਾ? ਫਾਲਤੂ ਦੀ ਗੱਲਬਾਤ ਕਰਦੇ ਆ ਯਾਰ। ਕਹਿੰਦੇ ਆਮ ਲੋਕਾਂ ਦੀ ਨਹੀਂ ਸੁਣਦੇ, ਕਾਂਗਰਸ ਦੇ ਵਿੱਚ ਆਮ ਜਿਹੜਾ ਕੋਈ ਵੀ ਜਾਂਦਾ ਆਮ ਦੀ ਕਹਿੰਦੇ ਕਦਰ ਨਹੀਂ ਕਰਦੇ ਕੋਈ ਵੀ। ਕਾਮ ਕੌਣ ਹੈ? ਬਿੱਟੂ ਆਮ ਹੈ। ਕਹਿੰਦੇ ਮੈਂ ਗਿਆ ਕਦਰ ਨਹੀਂ। ਬਿੱਟੂ ਆਮ ਹੈ, ਮੁੱਖ ਮੰਤਰੀ ਦਾ ਪੋਤਾ, 3 ਵਾਰੀ ਦਾ ਮੈਂਬਰ ਆਫ ਪਾਰਲੀਮੈਂਟ, ਪੰਜਾਬ ਕਾਂਗਰਸ ਦਾ, ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਆਮ ਹੈ। ਆਮ ਹੈ ਰੇਹੜੀ ਵਾਲਾ, ਆਮ ਹੈ ਵਾਲ ਕੱਟਣ ਵਾਲਾ, ਆਮ ਹੈ ਰਿਕਸ਼ਾ ਚਲਾਉਣ ਵਾਲਾ, ਬਿੱਟੂ ਆਮ ਨਹੀਂ ਹੈ। ਪੱਪੀ ਪ੍ਰੈਸ਼ਰ ਹੋਰਾਂ ਦੀ ਪਿਛਲੇ ਦਿਨੀ ਇੰਟਰਵਿਊ ਦੇ ਵਿੱਚ ਇੱਕ ਗੱਲ ਕਹਿੰਦੇ ਨੇ, ਕਹਿੰਦੇ ਕਿ ਲੁਧਿਆਣੇ ਦੇ ਪੁੱਤ ਨੂੰ ਐਤਕੀ ਲੁਧਿਆਣੇ ਵਾਲੇ ਜਿਹੜੇ ਜਿਤਾਉਣਗੇ, ਕਹਿੰਦੇ 180 ਕਿਲੋਮੀਟਰ ਦੂਰ ਕਿੱਧਰ ਜਾਇਆ ਕਰਨਗੇ ਲੁਧਿਆਣੇ ਵਾਲੇ ਮੁਸ਼ਕਲਾਂ ਹੱਲ ਕਰਵਾਉਣ ਦੇ ਲਈ? ਡਾਕਟਰ ਚੰਗਾ ਹੋਣਾ ਚਾਹੀਦਾ, ਇਲਾਜ ਬੰਦਾ ਕਲਕੱਤਿਓਂ ਜਾ ਕੇ ਵੀ ਕਰਾ ਦਿੰਦਾ ਹੈ। ਡਾਕਟਰ ਮਾੜਾ ਹੋਵੇ, ਧੁਣਕ ਦਾ ਟੀਕਾ ਲਾ ਦੇ ਪੱਪੀ ਜੀ ਵਰਗਾ ਬੰਦਾ ਹੀ ਮਾਰ ਦੇ, ਉਸ ਡਾਕਟਰ ਦਾ ਕੋਈ ਫਾਇਦਾ ਨਹੀਂ। ਡਾਕਟਰ ਤੇਰੇ ਪੜੋਸ 'ਚ ਹੋਵੇ ਅਤੇ ਗੋਲੀ ਚਾਹੀਦੀ ਬੁਖਾਰ ਦੀ ਹੈ, ਦੇ ਦੇ ਕੋਈ ਹੋਰ ਜਿਹਦੇ ਨਾਲ ਕੰਮ ਖਰਾਬ ਹੋ ਜਾਵੇ ਤੁਹਾਡਾ, ਦੱਸੋ। ਡਾਕਟਰ ਇਲਾਜ ਹੋਵੇ, ਡਾਕਟਰ ਕਿਤੇ ਵੀ ਜਾਵੇ। 2.5 ਸਾਲਾਂ ਦਾ ਪੱਪੀ ਪ੍ਰੈਸ਼ਰ ਨੂੰ ਲੋਕਾਂ ਨੇ ਦੇਖ ਲਿਆ। ਪੱਪੀ ਪ੍ਰੈਸ਼ਰ ਇਜ਼ ਨੋਟ ਅ ਮਟੀਰੀਅਲ ਫੋਰ ਲੋਕ ਸਭਾ, ਇਹ ਤਾਂ ਵਿਧਾਨ ਸਭਾ ਦਾ ਮਟੀਰੀਅਲ ਵੀ ਨਹੀਂ ਹੈ। ਤੁਸੀਂ ਮਟੀਰੀਅਲ ਦੀ ਗੱਲ ਕਰੀ ਆ, ਭਗਵੰਤ ਸਿੰਘ ਮਾਨ ਇਹ 'ਤੇ ਵੀ ਤੰਜ ਕਰਦੇ ਨੇ, ਕਹਿੰਦੇ ਸਾਨੂੰ ਮਟੀਰੀਅਲ ਹੀ ਦੱਸਦੇ ਆਮ ਘਰਾਂ ਦੇ ਪੁੱਤਾਂ ਨੂੰ। ਇਟਸ ਨੋਟ ਅਬਾਊਟ, ਮੈਂ ਉਹਨਾਂ ਨੂੰ ਕਿਸੇ ਨੂੰ ਮਟੀਰੀਅਲ ਕਹਿ ਰਿਹਾ, ਮੇਰੇ ਕਹਿਣ ਦਾ ਮਤਲਬ ਮਟੀਰੀਅਲ ਮਤਲਬ ਕਿ ਤੁਸੀਂ ਦੇਸ਼ ਦੀ ਲੋਕ ਸਭਾ 'ਚ ਜਾਣਾ, ਉਹਦੇ ਵਾਸਤੇ ਤੁਹਾਨੂੰ ਮਟੀਰੀਅਲ ਚਾਹੀਦਾ ਬੋਲਣ ਨੂੰ। ਕਿਸ ਮਟੀਰੀਅਲ ਲੈ ਕੇ ਜਾਓਗੇ? ਤੁਹਾਡੇ ਕੋਲ IQ ਹੈਗਾ, ਤੁਸੀਂ ਪੰਜਾਬ ਦੀ ਵਿਧਾਨ ਸਭਾ 'ਚ ਨਹੀਂ ਬੋਲਦੇ। ਅਦਰਵਾਈਜ਼ ਮੈਂ ਪੱਪੀ ਨੂੰ ਕੋਈ ਬੁਰਾ ਨਹੀਂ ਕਹਿ ਰਿਹਾ, ਪਰ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਪੱਪੀ ਜੀ ਨੂੰ ਕਦੇ ਬੋਲਦਿਆਂ ਮੂੰਹ ਖੋਲਦਿਆਂ ਨਹੀਂ ਵੇਖਿਆ। ਜੇਕਰ ਬਹਿ ਜਾ ਮੈਂ ਨਹੀਂ ਕਦੇ ਦੇਖਿਆ ਕਿ ਇਸ ਤੋਂ ਬਿਨਾਂ ਕੋਈ ਲੁਧਿਆਣੇ ਦੇ ਮੁੱਦਿਆਂ 'ਤੇ, ਲੁਧਿਆਣੇ ਦੇ ਇਸ਼ੂ 'ਤੇ ਪੱਪੀ ਜੀ ਨੇ ਕੋਈ ਗੱਲ ਕੀਤੀ ਹੋਵੇ।
ਲੁਧਿਆਣੇ ਦੇ ਵਿੱਚ ਕੀ ਭਾਪਿਆ ਬਰਿੰਗ ਸਾਹਿਬ ਕਿ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਰਵਨੀਤ ਬਿੱਟੂ ਜਿਹੜੇ ਆ ਉਹ ਲੁਧਿਆਣੇ ਦੇ ਲੋਕਾਂ ਨੂੰ ਜਿਹੜਾ ਉਹ ਨਹੀਂ ਦੇ ਸਕੇ ਅਤੇ ਜੇਕਰ ਅਮਰਿੰਦਰ ਸਿੰਘ ਰਾਜਾ ਬਰਿੰਗ ਜਿਹੜੇ ਪਾਰਲੀਮੈਂਟ ਦੇ ਵਿੱਚ ਪਹੁੰਚਦੇ ਨੇ ਤਾਂ ਲੁਧਿਆਣੇ ਵਾਸੀਆਂ ਦੇ ਲਈ ਆਹ ਚੀਜ਼ਾਂ ਕਰਨਗੇ? ਕਿਹੜੀਆਂ ਐਸੇ ਜਿਹੜੇ ਮੁੱਦੇ ਨੇ ਜਿਹੜੇ ਲੁਧਿਆਣੇ ਦੇ ਖਾਸ ਕਰਕੇ ਲੈ ਕੇ ਚੱਲ ਰਹੇ? ਬ੍ਰਦਰ ਬਿੱਟੂ ਜੀ ਤਾਂ ਟੈਲੀਫੋਨ ਹੀ ਨਹੀਂ ਕਿਸੇ ਦਾ ਚੱਕ ਸਕਿਆ, ਹੋਰ ਦੇਣਾ ਤਾਂ ਕੀ ਹੈ ਕਿਸੇ ਨੂੰ? ਟੈਲੀਫੋਨ ਹੀ ਚੱਕਿਆ ਬੰਦੇ ਨੇ। ਅੱਜ ਮੈਨੂੰ ਕ੍ਰਿਸਚੀਅਨਸ ਮਿਲੇ ਸੀ, ਉਹ ਕਹਿੰਦੇ ਸਾਡੀਆਂ 3 ਸਾਲਾਂ ਦੀਆਂ ਸ਼ੀਲਡਸ ਉਹ ਇੱਥੇ ਪਈਆਂ ਸੀ, ਰੁਪਈਏ ਨੂੰ ਕਹਿੰਦੇ ਲੈ ਜਾਓ, ਉਹ ਸਾਡੇ ਕੋਲ ਆਉਣਾ ਤਾਂ ਕੀ ਆ, ਉਹ ਸ਼ੀਲਡ ਲੈਣ ਨਹੀਂ ਕੋਈ ਆਇਆ। ਸੋ ਇਸ਼ੂਜ਼ ਬਹੁਤ ਨੇ ਲੁਧਿਆਣੇ ਦੇ। ਬੁੱਢਾ ਦਰਿਆ ਇੱਕ ਇਸ਼ੂ ਹੈ, ਇਨਵਾਇਰਮੈਂਟ ਬਹੁਤ ਵੱਡਾ ਇਸ਼ੂ ਹੈ, ਪੋਲਿਊਸ਼ਨ ਬਹੁਤ ਵੱਡਾ ਇਸ਼ੂ ਹੈ, ਇੰਡਸਟਰੀ ਦੇ ਬਹੁਤ ਸਾਰੇ ਇਸ਼ੂਜ਼ ਨੇ, ਲੁਧਿਆਣਾ ਦੀ ਕਨੈਕਟੀਵਿਟੀ ਦਾ ਬਹੁਤ ਵੱਡਾ ਇਸ਼ੂ ਹੈ, ਔਰ ਲੁਧਿਆਣਾ ਦੇ ਵਿੱਚ ਮੈਨੂੰ ਲੱਗਦਾ ਕਿ PGI ਏਮਸ ਵਰਗਾ ਹੋਸਪਿਟਲ ਆਉਣਾ ਚਾਹੀਦਾ ਇਸ਼ੂ ਹੈ। ਸੋ ਇਹ ਬਹੁਤ ਸਾਰੇ ਇਸ਼ੂਜ਼ ਨੇ, ਅਵਾਰਾ ਪਸ਼ੂਆਂ ਦਾ ਬੜਾ ਇਸ਼ੂ ਹੈ। ਅੱਛਾ, ਭਗਵੰਤ ਸਿੰਘ ਮਾਨ ਪਿਛਲੇ ਦਿਨ ਜਦੋਂ ਆਉਂਦੇ ਨੇ ਬਰਿੰਗ ਸਾਹਿਬ, ਇੱਕ ਗੱਲ ਜਿਹੜੀ ਆ ਜ਼ਰੂਰ ਕਹਿੰਦੇ ਨੇ, ਕਹਿੰਦੇ ਨੇ ਕਿ ਬਿੱਟੂ ਅਤੇ ਬੜਿੰਗ ਗੱਪੀ ਜਿੱਤੂਗਾ ਸਾਡਾ ਪੱਪੀ। ਹਾਂ, ਭਗਵੰਤ ਮਾਨ ਕੋਈ ਕੋਈ ਸ਼ੰਕਰਾਚਾਰਿਆ ਜਿਹੜਾ ਵੀ ਪੱਪੀ ਜਦੋਂ ਕਹਿੰਦਾ ਉਹ ਸੱਚ ਹੁੰਦਾ। ਸਭ ਤੋਂ ਵੱਡੇ ਝੂਠ ਭਗਵੰਤ ਸਿੰਘ ਮਾਨ ਨੇ ਬੋਲੇ ਅੱਜ ਤੱਕ। ਮੈਨੂੰ ਇਹ ਦੱਸ ਤਾਂ ਦੇਣ, ਮੈਂ 1000 ਰੁਪਇਆ ਦੇਊਂਗਾ, ਮੈਂ ਸੱਥਾਂ 'ਚੋਂ ਚਲਾਊਂਗਾ ਸਰਕਾਰ, ਮੈਂ ਪੰਜਾਬ 'ਚੋਂ ਨਸ਼ਾ ਖਤਮ ਕਰ ਦੂੰਗਾ, ਮੈਂ ਰਿਸ਼ਵਤਖੋਰੀ ਖਤਮ ਕਰ ਦੂੰਗਾ, ਉਹ ਅਸੀਂ ਆਮ ਬੰਦੇ ਆਮ ਬਣ ਕੇ ਰਵਾਂਗੇ, ਇਹਨਾਂ ਨੂੰ ਗਨਮੈਨ ਲੈਂਦੇ ਆ ਤਾਂ ਇਹਨਾਂ ਨੂੰ ਡਰ ਲੱਗਦਾ ਲੋਕਾਂ ਤੋਂ। ਇਹ ਸਾਰੀਆਂ ਗੱਲਾਂ ਭਗਵੰਤ ਮਾਨ ਨੇ ਕਹੀਆਂ, ਮੈਂ ਤਾਂ ਨਹੀਂ ਕਹੀਆਂ। ਬਿਲਕੁਲ, ਤੁਹਾਨੂੰ ਲੱਗਦਾ ਇਹਨਾਂ ਦੇ ਵਿੱਚੋਂ ਕੋਈ ਕੋਈ ਇਸ਼ੂ ਜਿਹੜੇ ਹੈਗੇ ਹੱਲ ਹੋਇਆ? ਤੁਹਾਨੂੰ ਲੱਗਦਾ ਕਿ ਜਿਹੜੇ ਗੱਲਾਂ ਕਰਕੇ ਆਏ ਸੀ, ਜਿਹੜੇ ਵਾਅਦੇ ਆਮ ਆਦਮੀ ਪਾਰਟੀ ਨੇ ਕੀਤੇ ਸੀ, ਉਹਨਾਂ 'ਚੋਂ ਕੋਈ ਹੱਲ ਹੋਇਆ? ਮੈਨੂੰ ਨਹੀਂ ਲੱਗਦਾ ਇੱਕ ਵੀ ਇਸ਼ੂ ਐਡਰੈਸ ਨਹੀਂ ਕਰ ਸਕਿਆ ਦੇਸ਼ ਦਾ ਮੁੱਖ, ਪੰਜਾਬ ਦਾ ਮੁੱਖ ਮੰਤਰੀ। 900 ਕਰੋੜ ਰੁਪਇਆ ਕੱਲਾ ਮਸ਼ਹੂਰੀਆਂ ਦੇ ਬਜਟ ਰੱਖਿਆ, ਵੇ ਪੰਜਾਬ ਦਾ ਪੈਸਾ ਇਸ ਤਰ੍ਹਾਂ ਬਰਬਾਦ ਕੀਤਾ ਭਗਵੰਤ ਸਿੰਘ ਮਾਨ ਨੇ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਪਾਣੀ ਨਹੀਂ ਵਹਾ ਕੇ ਬਰਬਾਦ ਕਰਤਾ ਲੁਧਿਆਣੇ ਦੇ ਵਿੱਚ। ਅੱਜ ਵੀ ਤਰਾਸਗੀ ਹੈ ਕਿ ਬਦਕਿਸਮਤੀ, ਅੱਜ ਵੀ ਲੋਕ ਮਾਨ ਸਾਹਿਬ ਦੀ ਕਿੱਕਲੀ ਸੁਣੀ ਜਾਂਦੇ। ਯਾਰ ਮਾਨ ਸਾਹਿਬ, ਮੈਂ ਕਹਿ ਰਿਹਾ ਕਿ ਮੁੱਖ ਮੰਤਰੀ ਪੰਜਾਬ ਕੋਈ ਨਵਾਂ ਵਿਜ਼ਨ ਦੇਵੇ ਕਿ ਮੈਂ ਆਹ ਕਰਾਂਗਾ। ਚੀਫ ਮਿਨਿਸਟਰ ਹੋ ਕੇ ਵੀ ਤੁਸੀਂ ਕਿੱਕਲੀਆਂ ਹੀ ਸੁਣਾਈ ਜਾਂਦੇ ਹੋ, ਅਤੇ ਫਿਰ ਤੁਹਾਡੇ 'ਚ ਪਹਿਲਾਂ 'ਚ ਅਤੇ ਹੁਣ 'ਚ ਕੀ ਫਰਕ ਹੋਇਆ ਬਈ ਮਾਨ ਸਾਹਿਬ? ਅੱਛਾ, ਇੱਕ ਚੀਜ਼ ਦੱਸੋ, ਜਿਹੜੇ ਨਿੱਜੀ ਤੰਜ ਜਿਹੜੇ ਕਸੇ ਜਾਂਦੇ ਆ ਰਾਜਨੀਤੀ ਦੇ ਵਿੱਚ, ਉਹਨਾਂ ਚੀਜ਼ਾਂ ਨੂੰ ਕਿਵੇਂ ਦੋ, ਕਿੰਨੇ ਕੁ ਸਹੀ ਨੇ ਨਿੱਜੀ ਪਰਿਵਾਰ ਦੇ ਉੱਪਰ, ਚਾਹੇ ਉਹ ਕਿੱਕਲੀਆਂ ਨੇ ਚਾਹੇ ਹੋਰ ਤੰਜ ਜਿਹੜੇ ਕਸੇ ਜਾਣੇ, ਉਹ ਕਿੰਨੇ ਕੁ ਸਹੀ ਨੇ ਰਾਜਨੀਤੀ ਦੇ? ਦੇਖੋ ਜੀ, ਇਹ ਬਹੁਤ ਮਾੜੀ ਰੀਤੀ ਰਿਵਾਜ਼ ਹੈ, ਇਹ ਨਹੀਂ ਹੋਣਾ ਚਾਹੀਦਾ। ਜਿਸ ਪ੍ਰਕਾਰ ਦੇ ਇਹ ਤੰਜ ਕੱਸਦੇ ਹੈ, ਇਹ ਬਿਲੋ ਦਾ ਬੈਲਟ ਹੈ। ਮੈਂ ਹੁਣ ਐਵੇਂ ਕਿਸੇ ਦੀ ਪਰਿਵਾਰ ਬਾਰੇ ਔਰ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਗੱਲ ਕਰਾਂ, ਇਹ ਮੈਨੂੰ ਸ਼ੋਭਾ ਨਹੀਂ ਦਿੰਦੀ। ਸਾਨੂੰ ਲੜਨਾ ਚਾਹੀਦਾ ਹੈ, ਪੋਲੀਟਿਕਸ ਕਰੋ, ਲੇਕਿਨ ਇਸ ਤਰ੍ਹਾਂ ਦਾ ਕੰਮ ਨਾ ਕਰੋ ਵੀ ਜਿਹਦੇ ਨਾਲ ਸਾਨੂੰ ਇੱਕ ਦੂਜੇ ਨੂੰ ਮਿਲਣ ਵੇਲੇ ਸ਼ਰਮਿੰਦਾ ਹੋਣਾ ਪਵੇ। ਸੋ ਇਸ ਕਰਕੇ ਅਸੀਂ ਤਾਂ ਬਹੁਤ ਸੋਚ ਸਮਝ ਕੇ ਕੋਸ਼ਿਸ਼ ਕਰਦੇ ਹਾਂ ਵੀ ਕਿਸੇ ਵਿਅਕਤੀ ਦੇ ਬਾਰੇ ਇਸ ਤਰ੍ਹਾਂ ਕੁਝ ਨਾ ਕਿਹਾ ਜਾਵੇ ਜਿਹਦੇ ਨਾਲ ਵਿਅਕਤੀ ਨੂੰ ਪਰੇਸ਼ਾਨੀ ਹੋਵੇ ਅਤੇ ਉਹ ਇਹ ਸੋਚੇ ਕਿ ਯਾਰ ਮੈਂ ਵੀ ਇਹਦੇ ਤੋਂ ਕਦੇ ਨਾ ਕਦੇ ਬਦਲਾ ਲੈਣਾ। ਬਰਿੰਗ ਸਾਹਿਬ, ਇੱਕ ਪੱਪੀ ਹੋਰਾਂ ਨੇ ਪਿਛਲੇ ਇੰਟਰਵਿਊ ਦੇ ਵਿੱਚ ਇੱਕ ਚੀਜ਼ ਜਿਹੜੀ ਆ ਹੋਰ ਬੜੀ ਇੰਟਰਵਿਊ ਦਿੰਦੇ ਆ, ਹਾਂ ਮੈਂ ਦੇਖੀ ਆ, ਤਾਂ ਉਹ ਇੱਕ ਚੀਜ਼ ਕਹਿੰਦੇ ਸੀ, ਕਹਿੰਦੇ ਕਿ ਅਮਰਿੰਦਰ ਸਿੰਘ ਰਾਜਾ ਬਰਿੰਗ ਨੇ ਜਿਹੜਾ ਉਹ ਬੇਰੁਜ਼ਗਾਰੀ ਉਹਨਾਂ ਦੇ ਵੱਲੋਂ ਉਹਨਾਂ ਨੇ ਲਿਆਂਦੀ ਆ, ਜਦੋਂ ਉਹਨੂੰ ਸਵਾਲ ਪੁੱਛਿਆ ਕਿਉਂ, ਉਹ ਕਹਿੰਦੇ ਕਿ ਜਿਹੜੀਆਂ ਵਾਢੀਆਂ ਪੰਜਾਬ ਦੇ ਵਿੱਚੋਂ ਲੱਗਣੀਆਂ ਚਾਹੀਦੀਆਂ ਸੀ ਉਹ ਰਾਜਸਥਾਨ ਤੋਂ ਲਵਾਈਆਂ। ਇਹ ਚੀਜ਼ ਇਹ ਜ਼ਰੂਰ ਇਸ ਚੀਜ਼ 'ਤੇ ਜ਼ਰੂਰ ਦੱਸਿਓ, ਕਿਉਂਕਿ ਇਹ ਸਵਾਲ ਬੜਾ ਉੱਠਦਾ ਆ, ਜਿਹੜਾ ਬੱਸਾਂ ਦੀਆਂ ਵਾਢੀਆਂ ਵਾਲਾ ਹੈ ਕੀ, ਮਸਲਾ ਕੀ ਆ ਪੂਰਾ? ਬ੍ਰਦਰ, ਗੱਲ ਇਹ ਹੈ ਕਿ ਜਦੋਂ ਕਿਸੇ ਨੂੰ ਅਕਲ ਨਾ ਹੋਵੇ, ਉਹ ਬੇਫਾਲਤੂ ਬੇਵਜ੍ਹਾ ਪਹਿਲੀ ਗੱਲ ਤਾਂ ਬੱਸਾਂ ਦੀ ਬਾਡੀਆਂ ਨਾਲ ਬੇਰੁਜ਼ਗਾਰੀ ਕਿਵੇਂ ਆਈ ਇਹ ਦੱਸ ਦੇਣ,
ਕਹਿੰਦੇ ਪੰਜਾਬ ਚੋਂ ਵੀ ਸੁਣੋ ਸੁਣੋ ਪੱਪੀ ਦੇ ਕਹਿਣ ਨਾਲ ਨਹੀਂ ਕੁਛ ਹੋਣਾ। ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿਸੇ ਬੱਸ ਕੰਡਕਟਰ ਦੀ ਅਤੇ ਬੱਸ ਡਰਾਈਵਰ ਦੀ ਇੰਟਰਵਿਊ ਕਰਕੇ ਆਓ ਕਿ ਹੂ ਇਜ਼ ਦਾ ਬੈਸਟ ਅੱਜ ਤੱਕ ਦਾ ਟਰਾਂਸਪੋਰਟ ਮੰਤਰੀ ਕੌਣ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਕਿਸੇ ਬੱਸ 'ਚ ਬਹਿ ਜਾਓ ਜਿਹੜਾ 3 ਸਾਲ ਪੁਰਾਣਾ ਬੱਸ ਦਾ ਡਰਾਈਵਰ ਹੈ ਜਾਂ 3 ਸਾਲ ਪੁਰਾਣਾ ਬੱਸ ਦਾ ਕੰਡਕਟਰ ਹੈ, ਉਹਨੂੰ ਪੁੱਛ ਲਓ ਕਿ ਅੱਜ ਤੱਕ ਦਾ ਸਭ ਤੋਂ ਵਧੀਆ ਟਰਾਂਸਪੋਰਟ ਮੰਤਰੀ ਕੌਣ ਸੀ। ਜੇ ਤਾਂ ਉਹ ਕਵੇ ਰਾਜਾ ਵੜਿੰਗ ਸੀ ਤਾਂ ਮੈਨੂੰ ਵੋਟਾਂ ਪਾਓ, ਨਹੀਂ ਮੈਨੂੰ ਵੋਟਾਂ ਨਾ ਪਾਓ। ਹੁਣ ਰਹੀ ਬੱਸਾਂ ਦੀ ਬਾਡੀਆਂ ਦੀ ਗੱਲ, ਅਸੀਂ ਟੈਂਡਰ ਫਲੋਟ ਕਰਦੇ ਹਾਂ, ਹਰਿਆਣੇ ਤੋਂ ਕਿਉਂ ਬੰਦੇ ਨੂੰ ਨੌਕਰੀ ਲਾਉਂਦੇ ਆ, ਇਹ ਰਾਜਸਥਾਨ ਦੇ ਬੰਦੇ ਨੂੰ ਕਿਉਂ ਨੌਕਰੀ ਲਾਉਂਦੇ ਆ? ਕਿਉਂਕਿ ਕਾਨੂੰਨ ਹੈ। ਮੀਤ ਹੇਅਰ ਕਹਿੰਦਾ ਕਿ ਕੋਈ ਵਿਅਕਤੀ ਵੀ ਆ ਕੇ ਨੌਕਰੀ ਲੈ ਸਕਦਾ। ਸੇਮ ਟੈਂਡਰ ਹੈ, ਅਸੀਂ ਟੈਂਡਰ ਪਾਇਆ ਕਿ ਅਸੀਂ ਫਲਾਂ ਚੀਜ਼ ਬਣਵਾਉਣੀ ਹੈ ਤੁਹਾਡੇ ਤੋਂ। ਕੌਣ ਬੰਦਾ ਟੈਂਡਰ ਪਾਉਂਦਾ ਹੈ ਔਰ ਕਿੱਥੋਂ ਦਾ ਪਾਉਂਦਾ ਹੈ ਔਰ ਕੀ ਭਾਅ ਪਾਉਂਦਾ ਹੈ? ਅਸੀਂ ਉਸ ਬੰਦੇ ਨੂੰ ਜਿਹੜਾ ਟੈਂਡਰ ਸਸਤਾ ਪਾਉਂਦਾ ਹੈ, ਜਿਹਦੀ ਕੋਸਟਿੰਗ ਘੱਟ ਹੁੰਦੀ ਹੈ, ਅਸੀਂ ਉਹਨੂੰ ਟੈਂਡਰ ਦੇ ਦਿੰਦੇ ਹਾਂ। ਇਸ ਪ੍ਰਕਿਰਿਆ 'ਚ ਵੀ ਇਹ ਹੋਇਆ ਹੈ ਕਿ ਅਸੀਂ ਟੈਂਡਰ ਜਿਹੜਾ ਬੰਦੇ ਨੇ ਪਾਇਆ ਅਤੇ ਜਿਹੜਾ L1 ਆਇਆ, ਯਾਨੀ ਕਿ ਜਿਹਨੇ ਸਭ ਤੋਂ ਲੋਐਸਟ ਪਾਇਆ, ਤੁਸੀਂ ਰੇਹੜੀ 'ਤੇ ਅੰਬ ਖਰੀਦਣ ਜਾਂਦੇ ਹੋ, ਅੰਬ ਜਿਹੜਾ ਸਸਤਾ ਦੇਊਗਾ ਉੱਥੋਂ ਲੈਣੇ ਆ ਤੁਸੀਂ ਚੰਗੇ ਅਤੇ ਵਧੀਆ, ਉਹ ਲੈ ਲਏ। ਮੁੜ ਕੇ ਦੂਜੀ ਰੇਹੜੀ ਵਾਲਾ ਕਵੇ ਕਿ ਬਈ ਮੈਂ ਤਾਂ ਹੁਣ ਆਹ ਭਾਅ ਦੇ ਦਿੰਦਾ। ਸੋ ਅਸੀਂ ਜਿਹੜਾ ਸਟੈਂਡਰਡ ਪ੍ਰੋਸੀਜਰ ਦੇਸ਼ ਅਡੋਪਟ ਕਰਦਾ ਜਾਂ ਭਗਵੰਤ ਮਾਨ ਸਾਹਿਬ ਅਡੋਪਟ ਕਰ ਰਹੇ ਆ ਹੁਣ, ਉਹ ਸਟੈਂਡਰਡ ਪ੍ਰੋਸੀਜਰ ਅਡੋਪਟ ਕੀਤਾ, ਫਿਰ ਉਹਨੂੰ ਵਾਰੀ ਵਾਰੀ ਰੋਕਿਆ ਕੀ ਨਹੀਂ ਹੈ? ਬੱਸਾਂ ਦੀਆਂ ਬਾਡੀਆਂ 2.5 ਸਾਲ ਹੋ ਗਏ, ਕੀ ਹੈ ਬੱਸਾਂ ਦੀਆਂ ਬਾਡੀਆਂ 'ਚ? ਸੋ ਮੈਂ ਔਨ ਮੈਰਿਟ ਬੱਸਾਂ ਦੀਆਂ ਜਿਹੜਾ L1 ਆਇਆ ਉਹਨੂੰ ਅਸੀਂ ਉਹ ਠੇਕਾ ਦਿੱਤਾ। ਹੁਣ ਵੀ ਉਹ ਜਿਹੜਾ ਬੱਸਾਂ ਦੀਆਂ ਬਾਡੀਆਂ ਵਾਲੇ ਬੰਦੇ ਆ, ਹੁਣ ਪੰਜਾਬ ਦੇ ਪ੍ਰਾਈਵੇਟ ਓਪਰੇਟਰਸ ਉਹਨਾਂ ਕੋਲ ਬਾਡੀਜ਼ ਬਣਾਉਣ ਗਏ ਹੋਏ ਆ, ਮੈਨੂੰ ਪਤਾ ਲੱਗਿਆ। ਮੈਂ ਪੁੱਛਿਆ ਇਹ ਕਿਉਂ ਬਣਾ ਰਹੇ, ਇਹ ਇੱਥੋਂ ਕਿਉਂ ਨਹੀਂ ਬਣਾ ਰਹੇ ਪੰਜਾਬ 'ਚੋਂ, ਜਿਨ੍ਹਾਂ ਨੇ ਸਿੰਗਲ ਸਿੰਗਲ ਬੱਸ ਬਣਾਉਣੀ ਹੈ ਜਾਂ ਦੋ ਦੋ ਬੱਸਾਂ ਬਣਾਉਣੀ ਹੈ? ਉਹ ਕਹਿੰਦੇ 1 ਕਿਲੋਮੀਟਰ ਸਕੀਮ 'ਤੇ ਬੱਸਾਂ ਪਾ ਰਹੇ ਜੀ, ਪਰ RTA ਰਜਿਸਟਰ ਤਾਂ ਕਰੇਗਾ ਜੇ ਇਹ ਜਿਨ੍ਹਾਂ ਕੋਲ IIT ਕੈਟ ਮਨੇਸਰ ਦਾ ਸਰਟੀਫਾਈਡ ਹੋਇਆ ਸਰਟੀਫਿਕੇਟ ਹੋਏਗਾ, ਉਹ ਪੰਜਾਬ 'ਚ ਕਿਸੇ ਕੋਲ ਇਹ ਨਹੀਂ। ਇਸ ਕਰਕੇ 1 ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਉੱਥੋਂ ਬਣ ਰਹੀਆਂ, ਉਹ ਚੰਡੀਗੜ੍ਹ ਦਿੱਲੀ ਦਿੰਦਾ ਉਹਨਾਂ ਨੂੰ ਉਹ ਜਿਹੜਾ ਸਰਟੀਫਿਕੇਸ਼ਨ। ਇਹ ਨਹੀਂ ਬੱਸ ਦੀ ਬੋਡੀ ਲਾ ਦਿਓ, ਬੱਸ ਕੱਲ੍ਹ ਨੂੰ ਪਲਟ ਜੇ, ਬੜੀ ਟੈਕਨੀਕਲ ਗੱਲ ਹੈ। ਸੈਕਿੰਡ, ਪੰਜਾਬ ਦੇ ਉਹਨਾਂ ਨੇ ਉੱਥੋਂ ਬਣਾਈਆਂ ਅਤੇ ਹੁਣ ਪ੍ਰਾਈਵੇਟ ਓਪਰੇਟਰਸ ਵੀ ਜਿਨ੍ਹਾਂ ਤੋਂ ਸਰਕਾਰ ਨੇ ਬਣਾਈਆਂ ਉੱਥੋਂ ਬਣਾ ਕੇ ਲੈ ਕੇ ਆ ਰਹੇ ਆ ਬੋਡੀਜ਼, ਫਿਰ ਉਹਨਾਂ ਨੂੰ ਵੀ ਤਾਂ ਕੋਸਟਿੰਗ ਪੈ ਰਹੀ ਹੈ ਨਾ, ਕੁਛ ਤਾਂ ਇੱਥੋਂ ਬਣ ਜਾਣੀਆਂ ਸੀ, ਹੁਣ ਉੱਥੋਂ ਕਿਉਂ ਬਣਾ ਰਹੇ? ਜ਼ਰਾ ਇਹ ਸਵਾਲ ਪੁੱਛਿਓ ਉਹਨੂੰ ਕਿ ਤੁਹਾਨੂੰ ਇਸ ਗੱਲ ਦਾ ਪਤਾ ਹੈ। ਸੋ ਦੂਸਰੀ ਗੱਲ, ਇਹ ਜਿਹੜੀਆਂ ਚੈਸਿਸ ਆ ਗਈਆਂ ਸੀ ਜਦੋਂ ਮੈਂ ਆਇਆ, ਉਹ ਮੈਨੂੰ ਉਹਨਾਂ ਨੇ ਕਿਹਾ ਕਿ ਬਈ ਹੁਣ ਇਹਦੇ 'ਤੇ ਬੋਡੀਜ਼ ਲਵਾਉਣੀਆਂ, ਨਹੀਂ ਤਾਂ ਸਾਨੂੰ ਵਿਆਜ ਪੈ ਰਿਹਾ। ਅਸੀਂ ਟੈਂਡਰ ਫਲੋਟ ਕਰੋ, ਔਰ ਉਸ ਟੈਂਡਰ ਦੇ ਵਿੱਚ ਉਸ ਬੱਸ ਬਾਡੀਆਂ 'ਚ ਕਦੇ ਕੁਛ ਨਿਕਲਿਆ ਹੈ ਜ਼ਿੰਦਗੀ 'ਚ? ਹੁਣ ਤਾਂ ਜਗਜ਼ਾਰ ਹੈ, ਹਰ ਬੰਦੇ ਨੇ ਚਾਂਸ ਲੈਣਾ। ਭਾਜਪਾ ਦਾ ਹੀ ਆ ਗਈ ਸਰਕਾਰ, ਉਹਨੇ ਕਹਿਣਾ ਉਹ ਬੱਸ ਬਾਡੀਆਂ ਵਾਲੀ ਫਾਈਲ ਕੱਢੋ, ਜੇ ਅਕਾਲੀਆਂ ਦੀ ਆ ਗਈ ਉਹਨੇ ਕਹਿਣਾ ਇਹਨਾਂ ਨੇ ਕਹਿਣਾ ਇਹਨਾਂ ਕੱਢਣਾ। ਰਾਜਾ ਵੜਿੰਗ ਕਿੱਦਾਂ ਬਚ ਸਕਦਾ ਅਗਰ ਉਹਦੇ 'ਚ ਕੋਈ ਬੇਈਮਾਨੀ ਹੋਏਗੀ? ਬਚ ਹੀ ਨਹੀਂ ਸਕਦਾ। ਰਾਜਾ ਵੜਿੰਗ ਪਾਕ ਅਤੇ ਪਵਿੱਤਰ ਬਿਲਕੁਲ ਸਾਫ਼ ਹੈ। ਇਹੋ ਜਿਹੇ ਇਲਜ਼ਾਮਤ ਇੱਕ ਦੂਜੇ 'ਤੇ ਲੋਕ ਕਿੱਚੜ ਸਿੱਟਦੇ ਰਹਿੰਦੇ ਹੈ, ਸੋ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਮੈਨੂੰ ਲੋਕਾਂ ਨੇ ਲਾਇਸੈਂਸ ਦਿੱਤਾ, ਮੈਂ 3 ਵਾਰੀ ਜਿੱਤ ਕੇ ਆਇਆ। ਜੇ ਮੈਂ ਬੇਈਮਾਨ ਹੁੰਦਾ ਤਾਂ ਮੈਨੂੰ 3ਜੀ ਵਾਰੀ ਇਸ ਹਨੇਰੀ 'ਚ ਜਿੱਥੇ ਪੱਪੀ ਪਰਾਸ਼ਰ ਵਰਗੇ ਵੀ ਜਿੱਤ ਗਏ, ਫਿਰ ਰਾਜਾ ਵੜਿੰਗ ਵੀ ਹਾਰ ਜਾਂਦਾ।
ਕਮਲਜੀਤ ਸਿੰਘ ਬਰਾੜ ਵੀ ਇੱਥੋਂ ਚੋਣ ਜਿਹੜੇ ਆ ਉਹ ਸੋ ਪਲੀਜ਼ ਡੋਂਟ ਟਾਕ ਅਬਾਊਟ ਐਨੀ ਬਡੀ ਜਿਹਦਾ ਜਿਹਦਾ ਮੇਰੇ ਨਾਲ ਕੋਈ ਲੈਵਲ ਨਹੀਂ ਹੈ ਮੈਂ ਉਹਦੇ ਨਾਲ ਉਹਦੇ ਬਾਰੇ ਗੱਲ ਨਹੀਂ ਕਰਨੀ ਹੋਰ ਜਿਹੜੀ ਹੈਗੀ ਆ ਜਿਵੇਂ ਲੋਕਾਂ ਦੇ ਵਿੱਚ ਤੁਸੀਂ ਵਿਚਰਦੇ ਹੋ ਪਰ ਲੋਕਾਂ ਦੀ ਆਮ ਆਵਾਜ਼ ਜਿਹੜੀ ਕੀ ਆਉਂਦੀ ਕਿਉਂਕਿ ਇੱਕ ਆਵਾਜ਼ ਇਹ ਵੀ ਆਈ ਸੀ ਨਾ ਕਹਿੰਦੇ ਕਿ ਕਿਤੇ ਕਾਂਗਰਸੀ ਜਿਹੜੇ ਕਾਂਗਰਸੀ ਨੇ ਲੁਧਿਆਣੇ ਦੇ ਕਾਂਗਰਸ ਨੇ ਕਹਿੰਦੇ ਉਹ ਨਾਰਾਜ਼ ਨੇ ਕਿਤੇ ਨਾ ਕਿਤੇ ਕਿ ਬਾਹਰੀ ਉਮੀਦਵਾਰ ਨੂੰ ਲਿਆ ਕੇ ਕਿਉਂ ਖੜਾ ਕਰ ਦਿੱਤਾ ਮੈਨੂੰ ਨਹੀਂ ਲੱਗਦਾ ਯਾਰ ਕੋਈ ਨਾਰਾਜ਼ ਹੈ ਤਾਂ ਹੁਣ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਲੜ ਰਿਹਾ ਖਹਿਰਾ ਫਿਰ ਸੁਖਪਾਲ ਖਹਿਰਾ ਜੀ ਉੱਥੋਂ ਲੜ ਰਹੇ ਨੇ ਗਾਂਧੀ ਸਾਹਿਬ ਵਿਚਾਰੇ ਲੜ ਰਹੇ ਨੇ ਇੱਦਾਂ ਕੋਈ ਨਹੀਂ ਮਹਿਸੂਸ ਕਰਦਾ ਬ੍ਰਦਰ ਇਹ ਐਵੇਂ ਫਾਲਤੂ ਦੀਆਂ ਗੱਲਾਂ ਇਹ ਪ੍ਰੈਡਿਕਸ਼ਨਸ ਹੈ ਲੋਕਾਂ ਦੀਆਂ ਜਿਹੜੇ ਲੋਕ ਕਾਂਗਰਸ ਨੂੰ ਪਸੰਦ ਨਹੀਂ ਕਰਦੇ ਉਹ ਇਹੋ ਜਿਹੀ ਚਰਚਾ ਕਰਦੇ ਆ ਮੈਨੂੰ ਤਾਂ ਲੱਗਿਆ ਨਹੀਂ ਕੋਈ ਨਾਰਾਜ਼ ਸਾਰੇ ਮੇਰੇ ਨਾਲ ਤੁਰ ਰਹੇ ਆ ਤੁਸੀਂ ਦੇਖਿਆ ਹੀ ਹੋਣਾ ਕੋਈ ਐਸਾ ਲੀਡਰ ਹੈ ਨਹੀਂ ਜਿਹੜਾ ਮੇਰੇ ਨਾਲ ਮੇਰੇ ਮੰਚ 'ਤੇ ਨਾ ਹੋਵੇ ਬਿੰਦ ਸਾਹਿਬ ਸ਼੍ਰੋਮਣੀ ਅਕਾਲੀ ਦਲ ਇੱਕ ਗੱਲ ਹੋਰ ਕਹਿੰਦੀ ਆ ਕਹਿੰਦੇ ਕਿ ਚਾਹੇ ਆਮ ਆਦਮੀ ਪਾਰਟੀ ਜਿੱਤਦੀ ਹੈ ਚਾਹੇ ਕਾਂਗਰਸ ਜਿੱਤਦੀ ਆ ਕਹਿੰਦੇ ਉੱਪਰ ਖਾਤੇ ਤਾਂ ਇਹ ਇੱਕੋ ਨੇ ਕਹਿੰਦੇ ਵੋਟ ਜਿਹੜੀ ਸੀਟ ਆ ਉਹ ਤਾਂ ਇੱਕੋ ਖਾਤੇ ਦੇ ਵਿੱਚ ਜਾਣੀ ਆ ਕਹਿੰਦੇ ਇੱਥੇ ਤੱਕ ਡਰਾਮੇ ਦੇ ਰੂਪ ਦੇ ਵਿੱਚ ਖੇਡਿਆ ਜਾ ਰਿਹਾ ਸਭ ਕੁਛ ਯਾਰ ਡਰਾਮੇ 'ਚ ਫਿਰ ਅਸੀਂ ਫਿਰ ਸਾਡੇ ਤਾਂ ਆਮ ਆਦਮੀ ਪਾਰਟੀ ਕੈਂਡੀਡੇਟ ਵੀ ਪੁੱਛ ਕਰਕੇ ਲੈ ਗਈ ਦੋ ਉਮੀਦਵਾਰ ਸਾਡੇ ਲੜ ਰਹੇ ਨੇ ਰਾਜ ਚੱਬੇ ਵੱਲ ਸਾਡਾ ਇੱਕ ਜੀ ਪੀ ਉਹਨਾਂ ਨੂੰ ਪੁੱਛ ਕਰ ਲਿਆ ਗਿਆ ਅੱਜ ਅਸੀਂ ਉਹਨਾਂ ਦੇ ਸਾਹਮਣੇ ਉਤਾਰਿਆ ਹੋਇਆ ਖਹਿਰਾ ਸਾਹਿਬ ਫਿਰ ਕਿਤੇ ਖਹਿਰਾ ਸਾਹਿਬ ਨਾਲ ਵੀ ਅਸੀਂ ਸਮਝੌਤਾ ਕਰਦੇ ਉਹਨੂੰ ਨਾ ਉਤਾਰਦੇ ਜੇ ਸਾਡੀ ਇੱਕ ਗੱਲ ਹੁੰਦੀ ਪੰਜਾਬ ਹਮੇਸ਼ਾ ਵੱਖ ਚੱਲਿਆ ਦਿੱਲੀ ਵਾਲਿਆਂ ਨੂੰ ਕਹਿਤਾ ਸੀ ਅਸੀਂ ਕਿ ਅਸੀਂ ਘਰੇ ਬਹਿ ਜਾਵਾਂਗੇ ਇਹਨਾਂ ਨਾਲ ਸਮਝੌਤਾ ਕਦੇ ਨਾ ਹੋਣਾ ਨਾ ਅਸੀਂ ਕਰਨਾ ਇਹਨਾਂ ਨਾਲ ਸਾਡੀ ਦੁਆ ਸੁਲਾਮ ਨਹੀਂ ਹੈ ਕਿਉਂਕਿ ਇਹਨਾਂ ਨੇ ਜੋ ਸਾਡੇ ਨਾਲ ਕੀਤਾ ਉਹ ਕਦੇ ਭੁੱਲਿਆ ਨਹੀਂ ਜਾ ਸਕਦਾ ਸੋ ਮੈਨੂੰ ਨਹੀਂ ਲੱਗਦਾ ਵੀ ਕਿਸੇ ਪ੍ਰਕਾਰ ਦੇ ਪੰਜਾਬ ਦੇ ਲੀਡਰਾਂ ਦੀ ਕਿਸੇ ਪ੍ਰਕਾਰ ਦੀ ਇਕੱਠ ਦੀ ਕੋਈ ਗੱਲ ਹੈ ਅਸੀਂ ਇਕੱਲੇ ਹੈ ਲੋਕ ਸਾਨੂੰ ਕਹਿੰਦੇ ਸੀ ਤੁਸੀਂ ਇਕੱਠੇ ਲੜੋਗੇ ਸਮਝੌਤਾ ਹੋ ਗਿਆ 6-5 ਦਾ ਹੋ ਗਿਆ 6-7 ਦਾ ਹੋ ਗਿਆ ਮੈਂ ਉਦੋਂ ਵੀ ਕਹਿੰਦਾ ਸੀ ਵੀ ਕਿਸੇ ਪ੍ਰਕਾਰ ਦੀ ਕੋਈ ਗੱਲ ਨਹੀਂ ਹੈ ਅਸੀਂ ਪਰ ਆਹ ਤੁਹਾਡੇ ਸਾਹਮਣੇ ਲੜ ਰਹੇ ਹਾਂ ਆਪਣੇ ਸਾਹਮਣੇ ਠੋਕੇ ਲੜ ਰਹੇ ਅੰਮ੍ਰਿਤਾ ਜੀ ਦੇ ਨਾਲ ਇਦੋਂ ਪਹਿਲਾਂ ਮੈਂ ਇੰਟਰਵਿਊ ਕਰ ਰਿਹਾ ਸੀ ਮੈਂ ਉਹਨਾਂ ਤੋਂ ਵੀ ਸਵਾਲ ਜਿਹੜਾ ਪੁੱਛਿਆ ਸੀ ਕਿ ਬਠਿੰਡੇ ਤੋਂ ਐਤਕੀ ਤੁਸੀਂ ਨਹੀਂ ਗਏ ਇਸ ਚੀਜ਼ ਦਾ ਥੋੜ੍ਹਾ ਬਹੁਤ ਹੀ ਨਿਰਾਸ਼ਾ ਹੈ ਤਾਂ ਉਹ ਕਹਿੰਦੇ ਮੇਰੇ ਨਾਲੋਂ ਵਧੇਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰੇ ਜ਼ਰੂਰ ਇਸ ਗੱਲ ਕਰਦੇ ਸੀ ਕਿ ਆਪਾਂ ਨੂੰ ਬਠਿੰਡੇ ਤੋਂ ਲੜਨਾ ਚਾਹੀਦਾ ਸੀ ਹੈ ਨਿਰਾਸ਼ਾ ਇਸ ਚੀਜ਼ ਦੀ ਨਹੀਂ ਪਾਰਟੀ ਅਗਰ ਹੁਕਮ ਦੀਦੀ ਦੇਖੋ ਕਾਂਗਰਸ ਪਾਰਟੀ ਦਾ ਮੈਂ ਪ੍ਰਧਾਨ ਹਾਂ ਯਾਰ ਮੈਂ ਆਪਣੇ ਆਪ ਆਪਣੀ ਟਿਕਟ ਮੰਗਦਾ ਜਾਂ ਆਪਣੇ ਪਰਿਵਾਰ ਦੀ ਟਿਕਟ ਮੰਗਦਾ ਚੰਗਾ ਨਹੀਂ ਲੱਗਦਾ ਫਿਰ ਲੋਕਾਂ ਨੇ ਕਹਿਣਾ ਸੀ ਇਹਨੇ ਤਾਂ ਆਪਦੀ ਵਾਈਫ ਵਾਸਤੇ ਟਿਕਟ ਮੰਗ ਲਈ ਸੋ ਮੈਂ ਪਾਰਟੀ ਨੇ ਮੈਨੂੰ ਕੁਛ ਕਿਹਾ ਨਹੀਂ ਕਿ ਆਪਾਂ ਲੜਨਾ ਹੈ ਕਿਉਂਕਿ ਅਲਟੀਮੇਟਲੀ ਤਾਂ ਸਾਡੀ ਹਲਕਾ ਤਾਂ ਫਰੀਦਕੋਟ ਪੈਂਦਾ ਪਾਰਲੀਮੈਂਟ ਉਹ ਰਿਜ਼ਰਵ ਹੈ ਸੋ ਜਦੋਂ ਉਹਨਾਂ ਨੇ ਕਿਹਾ ਨਹੀਂ ਤਾਂ ਫਿਰ ਅਸੀਂ ਉੱਥੇ ਸਾਥੀ ਨੂੰ ਹੋਰ ਨੂੰ ਲੜਾ ਦਿੱਤਾ ਗਿਆ ਹਾਲਾਂਕਿ ਤਿਆਰੀ ਸਾਡੀ ਸੀਗੀ ਮੈਂ ਇਹ ਚਾਹੁੰਦਾ ਸੀ ਕਿ ਪਾਰਟੀ ਆਪ ਕਵੇ ਇੱਕ ਤਾਂ ਆਪਦੀ ਆਪਦੀ ਵਾਈਫ ਵਾਸਤੇ ਟਿਕਟ ਮੰਗਣੀ ਇੱਕ ਪਾਰਟੀ ਨੇ ਦੇਣੀ ਇਹਦੇ 'ਚ ਬਹੁਤ ਵੱਡਾ ਫਰਕ ਹੈ ਸੋ ਮੈਂ ਆਖਿਆ ਵੀ ਪੰਜਾਬ ਦੀ ਜਿਹੜੀ ਦੂਜੀਆਂ ਸੀਟਾਂ ਉਹਦੇ 'ਤੇ ਰਾਜਾ ਵੜਿੰਗ ਕਰਮ ਕਰੂਗਾ ਬਤੌਰ ਪੰਜਾਬ ਪ੍ਰਧਾਨ ਹੁੰਦਿਆਂ ਹੋਇਆਂ ਬਟ ਉਹ ਨਹੀਂ ਟਿਕਟ ਹੋਈ ਫਿਰ ਅਲਟੀਮੇਟਲੀ ਕੁਛ ਦਿਮਾਗ ਹੋਣਾ ਰਾਹੁਲ ਗਾਂਧੀ ਜੀ ਦੇ ਮੰਚ ਦੇ ਵਿੱਚ ਦਿਮਾਗ ਦੇ ਵਿੱਚ ਕਿ ਆਪਾਂ ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਲੜਾਉਣਾ ਤਾਂ ਇਸ ਕਰਕੇ ਉਹਨਾਂ ਨੇ ਲੁਧਿਆਣੇ ਤੋਂ ਲੜਾਉਣਾ ਲੱਗਦਾ ਬਰਿੰਡੇ ਪਰ ਥੋੜ੍ਹੀ ਮੋਟੀ ਗੇਮ ਹੋਰ ਹੋ ਸਕਦੀ ਸੀ ਜੇਕਰ ਵੜਿੰਗ ਪਰਿਵਾਰ ਹੁੰਦਾ ਉੱਥੇ ਗੇਮ ਤਾਂ ਜੀ ਜਿੱਥੇ ਰਾਜਾ ਵੜਿੰਗ ਜਾਂਦਾ ਉੱਥੇ ਗੇਮ ਤਾਂ ਬਣਾ ਹੀ ਦਿੰਦਾ ਹੈ ਉੱਥੇ ਉੱਥੋਂ ਦਾ ਤਾਪਮਾਨ ਤਾਂ ਗਰਮ ਕਰ ਹੀ ਦਿੰਦਾ ਐਸਾ ਕੀ ਹੈ ਰਾਜੇ ਵੜਿੰਗ 'ਚ ਇਹੀ ਤਾਂ ਖਾਸੀਅਤ ਜਿਹੜਾ ਕੁਛ ਤਾਂ ਖਾਸੀਅਤ ਹੋਣੀ ਹੈ ਬਾਬਾ ਜੀ ਦੀ ਕਿਰਪਾ ਦੇ ਨਾਲ ਜਿਹੜਾ ਬਿਨਾਂ ਮਾਂ ਬਾਪ ਤੋਂ ਔਰ ਬਿਨਾਂ ਕਿਸੇ ਪੋਲੀਟੀਕਲ ਬੈਕਗਰਾਊਂਡ ਤੋਂ ਕਾਂਗਰਸ ਪਾਰਟੀ ਦਾ 44 ਸਾਲਾਂ 'ਚ ਪ੍ਰਧਾਨ ਬਣ ਗਿਆ 3 ਵਾਰ ਲਗਾਤਾਰ MLA ਬਣ ਗਿਆ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਰਹਿ ਗਿਆ ਸੋ ਪਿਛਲੀ ਵਾਰੀ
ਪੰਜਵਾਂ ਚੁਣਾਵ ਲੜ ਰਿਹਾ ਮੈਂ, ਦੋ ਪਾਰ ਦੂਜਾ ਪਾਰਲੀਮੈਂਟ ਦਾ, ਤਿੰਨ ਉਹ ਲੜ ਲਏ, ਸੋ ਕੋਈ ਨਾ ਕੋਈ ਤਾਂ ਖਾਸੀਅਤ ਹੋਣੀ ਹੈ ਯਾਰ ਆਪਦੇ ਆਪ 'ਚ। ਕੀ ਦੇਖਦੇ ਹੋ ਖਾਸੀਅਤ ਲੋਕਾਂ ਨੂੰ ਆਪਦੇ ਅੰਦਰ ਝਾਤ ਮਾਰ ਕੇ? ਬਿਲਕੁਲ, ਮੈਂ ਆਪਦੇ ਆਪ ਨੂੰ ਆਪ ਜੱਜ ਕਰ ਲੈਂਦਾ ਕਿ ਰਾਜਾ ਵੜਿੰਗ ਕਿੱਥੇ ਸਟੈਂਡ ਬਾਏ ਹੈ। ਬਾਬਾ ਜੀ ਦੀ ਬਹੁਤ ਕਿਰਪਾ ਹੈ ਸੱਚੇ ਪਾਤਸ਼ਾਹ ਦੀ, ਔਰ ਅੰਦਰ ਜੋ ਮੈਨੂੰ ਨਜ਼ਰ ਆ ਰਿਹਾ ਉਹੀ ਹੋਣਾ, ਔਰ ਜਦੋਂ ਵੀ ਮੈਂ ਅੰਦਰ ਆਪਦੇ ਝਾਤੀ ਮਾਰਦਾ ਜੋ ਦੇਖਦਾ ਹਮੇਸ਼ਾ ਉਹੀ ਵਾਪਰਦਾ ਜੋ ਮੈਂ ਸੋਚ ਰਿਹਾ ਹੁਣ। ਵੜਿੰਗ ਸਾਹਿਬ, ਗਿੱਦੜਵਾਹਾ ਹਲਕੇ ਦਾ ਫਿਰ ਹੁਣ ਕੀ ਬਣੂ? ਤੁਸੀਂ ਖੁਦ ਇੱਥੇ ਹੋ, ਹਾਲਾਂਕਿ ਤੁਸੀਂ ਕਹਿੰਦੇ ਹੋ ਕਿ ਡਾਕਟਰ ਚੰਗਾ ਹੋਵੇ ਤਾਂ ਇਲਾਜ ਦੂਰੋਂ ਵੀ ਕਰ ਦਿੰਦਾ, ਪਰ ਫਿਰ ਵੀ ਗਿੱਦੜਵਾਹਾ ਹਲਕੇ ਦਾ ਕੀ ਬਣੂ? ਗਿੱਦੜਵਾਹਾ ਰਾਜਾ ਵੜਿੰਗ ਦਾ ਦਿਲ ਔਰ ਦਿਮਾਗ ਹਮੇਸ਼ਾ ਗਿੱਦੜਵਾਹਾ 'ਚ ਰਿਹਾ ਔਰ ਰਹੂਗਾ ਵੀ। ਅਤੇ ਰੂਹ ਕਹਿੰਦੇ ਆ ਨਾ ਪਹਿਲਾ ਪਿਆਰ ਹੁੰਦਾ, ਗਿੱਦੜਵਾਹਾ ਪਹਿਲਾ ਪਿਆਰ ਹੈ। ਬਹੁਤ ਪਿਆਰ ਦਿੱਤਾ ਗਿੱਦੜਵਾਹਾ ਦੇ ਲੋਕਾਂ ਨੇ, ਜਿੱਥੇ ਇਸ਼ਕ ਹੋ ਜਾਏ ਗਿੱਦੜਵਾਹਾ ਦੇ ਲੋਕਾਂ ਨਾਲ ਇਸ਼ਕ ਹੋ ਗਿਆ। ਆਹ ਸਭ ਕੁਛ ਲੁਧਿਆਣਾ ਪੰਜਾਬ ਪ੍ਰਧਾਨਗੀ ਆਲ ਇੰਡੀਆ ਦੀ ਪ੍ਰਧਾਨਗੀ ਉਹਨੀ ਕੀ ਕਿਰਪਾ ਸੀ ਸਜੇ ਹਮ ਹੈ ਇਹ ਗਿੱਦੜਵਾਹਾ ਦੇ ਲੋਕਾਂ ਦੀ ਕਿਰਪਾ ਦੇ ਕਰਕੇ ਸੱਜਿਆ। ਗਿੱਦੜਵਾਹਾ ਨਾਲ ਇਸ਼ਕ ਅਤੇ ਫਿਰ ਲੁਧਿਆਣੇ ਵਾਲ ਨਾਲ ਕੀ ਹੈ? ਇਹਨਾਂ ਨਾਲ ਵੀ ਇਸ਼ਕ ਪਾ ਲਾਂਗੇ, ਜਿੱਥੇ ਜਿੱਥੇ ਪਿਆਰ ਇਸ਼ਕ ਕੋਈ ਮੁੱਕਦਾ ਥੋੜ੍ਹੀ ਹੈ, ਇਸ਼ਕ ਦੇ ਭੰਡਾਰ ਕੋਈ ਇੰਨਾ ਕੁ ਥੋੜ੍ਹੀ ਹੈ ਇਸ਼ਕ ਵੀ ਇੱਥੇ ਵੰਡਤਾ। ਇਸ਼ਕ ਤਾਂ ਦੀ ਜਿੰਨੀ ਖੁਸ਼ਬੂ ਵੰਡੋਗੇ ਉਨੀ ਵੱਧਦੀ ਜਾਣੀ ਹੈ, ਪਰ ਕਹਿੰਦੇ ਪਹਿਲਾ ਪਿਆਰ ਪਹਿਲਾਂ ਹੀ ਹੁੰਦਾ। ਹਾਂ, ਮੈਂ ਕਦੋਂ ਕਹਿ ਰਿਹਾ, ਮੈਂ ਤੁਹਾਨੂੰ ਕਿਹਾ ਪਹਿਲਾ ਪਿਆਰ ਪਹਿਲਾਂ ਹੀ ਹੁੰਦਾ ਹੈਗਾ ਉੱਥੇ ਪਿਆਰ, ਪਰ ਕਿਸੇ ਚੀਜ਼ ਦੀ ਇਹ ਨਹੀਂ ਕਮੀ ਆਉਣ ਦਿਆਂਗਾ ਵੀ ਮੈਂ ਲੁਧਿਆਣਾ ਦਾ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਅਤੇ ਗਿੱਦੜਵੇ ਦੇ ਲੋਕਾਂ ਨੂੰ ਇਹ ਮਹਿਸੂਸ ਹੋਏਗਾ ਵੀ ਹੁਣ ਸਾਡਾ ਕੀ ਬਣੂਗਾ ਨਾ, ਉਹ ਇਹ ਮਹਿਸੂਸ ਕਰਨਗੇ ਰਾਜਾ ਵੜਿੰਗ ਉਹਨਾਂ ਦੇ ਕੋਲ ਹੀ ਹੈ। ਵੜਿੰਗ ਸਾਹਿਬ, ਇੱਕ ਚੀਜ਼ ਹੋਰ ਦੱਸ ਦਿਓ, ਜਿਵੇਂ ਹੁਣ ਔਰਤਾਂ ਦੇ ਲਈ ਜਿਹੜਾ ਹੈਗਾ ਕਾਂਗਰਸ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਲੱਖ ਲੱਖ ਰੁਪਏ ਦਾ, ਜਿਵੇਂ ਇਹ ਨਾ ਹੋਵੇ ਕਿ ਜਿਵੇਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਹਜ਼ਾਰ ਹਜ਼ਾਰ ਦੀ ਉਡੀਕ ਔਰਤਾਂ ਹੁਣ ਤੱਕ ਕਰ ਰਹੀਆਂ, ਜੇ ਸਰਵੇ ਕਰਦੇ ਉਹਦੇ ਵਿੱਚ ਵੀ ਕਹਿੰਦੇ ਕਿ ਭਾਈ ਸਾਡਾ 2.5 ਸਾਲਾਂ ਦਾ ਹਜੇ ਬਕਾਇਆ ਪਿਆ, ਕਿਤੇ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਵੀ ਇਹ ਚੀਜ਼ਾਂ ਜਿਹੜੀਆਂ ਐਵੇਂ ਨਾ ਚੱਲੀ ਜਾਣ? ਦੇਖੋ ਬ੍ਰਦਰ, ਕਾਂਗਰਸ ਪਾਰਟੀ ਜਿਹੜੀ ਸੈਂਟਰ ਗਵਰਨਮੈਂਟ 'ਚ ਵਾਅਦਾ ਕਰਦੀ ਹੈ ਨਾ ਜੀ, ਉਸ ਹਰ ਗੱਲ 'ਤੇ ਖਰਾ ਉਤਰਦੀ ਹੈ। ਤੁਸੀਂ ਦੇਖ ਲਓ ਮਨਰੇਗਾ ਅਸੀਂ ਦਿੱਤੀ ਲੋਕਾਂ ਨੂੰ, ਰਾਈਟ ਟੂ ਫੂਡ ਆ ਜਿਹੜਾ ਕਣਕ ਮਿਲਦੀ ਹੈ ਅਸੀਂ ਦਿੱਤੀ ਲੋਕਾਂ ਨੂੰ, ਆ ਪੈਨਸ਼ਨਾਂ ਅਸੀਂ ਦਿੱਤੀਆਂ ਲੋਕਾਂ ਨੂੰ, 500 ਰੁਪਇਆ ਪੈਨਸ਼ਨ ਹੁੰਦੀ ਸੀ 1500 ਰੁਪਇਆ ਕੀਤੀ, ਸ਼ਗਨ ਸਕੀਮ 52,000 ਕੀਤੀ ਅਸੀਂ, ਮੇਰੇ ਖਿਆਲ 16,000 ਹੁੰਦੀ ਸੀ, ਸੋ ਆਹ ਜਿਹੜਾ 8500 ਰੁਪਇਆ ਪਰ ਮੰਥ ਦੇਣ ਦਾ ਵਾਅਦਾ ਕੀਤਾ ਇਹ ਕਾਂਗਰਸ ਪਾਰਟੀ ਨੂੰ, ਪੀ ਚਿਦੰਬਰਮ ਜੀ ਦੀ ਜਿਹੜੀ ਕਮੇਟੀ ਸੀ ਖੁਦ ਫਾਈਨਾਂਸ ਮਿਨਿਸਟਰ ਨੇ ਉਹਨਾਂ ਨੇ ਔਰ ਰਾਹੁਲ ਗਾਂਧੀ ਔਰ ਖੜਗੇ ਸਾਹਿਬ ਨੇ ਬੈਠ ਕੇ ਪ੍ਰੈਸ ਨੂੰ ਸੰਬੋਧਨ ਕਰਕੇ ਇਹ ਗੱਲ ਕਹੀ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ 25 ਲੱਖ ਰੁਪਏ ਤੱਕ ਇਲਾਜ ਵੀ ਕਰਾਉਣਾ ਹੈ ਮੁਫਤ ਹੈ ਲੋਕਾਂ ਦਾ, ਸੋ ਅੱਧੀਆਂ ਔਰਤਾਂ ਨੂੰ ਅਸੀਂ ਨੌਕਰੀਆਂ ਦੇਣੀਆਂ, ਜੇ ਅਸੀਂ 30 ਲੱਖ ਨੌਕਰੀ ਦੇਣੀ ਹੈ ਤਾਂ 15 ਲੱਖ ਰੁਪਇਆ 15 ਲੱਖ ਨੌਕਰੀਆਂ ਇਕੱਲੀਆਂ ਔਰਤਾਂ ਨੂੰ ਦੇਣੀ। ਹੁਣ ਤੁਸੀਂ ਇੱਥੇ ਦੇਖ ਲਓ ਕਿ ਅਸੀਂ ਔਰਤਾਂ ਨੂੰ 2 ਔਰਤਾਂ ਨੂੰ ਟਿਕਟ ਦਿੱਤੀ ਹੈ, ਆਮ ਆਦਮੀ ਪਾਰਟੀ ਨੇ ਇੱਕ ਵੀ ਔਰਤ ਨੂੰ ਟਿਕਟ ਨਹੀਂ ਦਿੱਤੀ 13 'ਚੋਂ, ਨੋਟ ਈਵਨ ਅ ਸਿੰਗਲ। ਸੋ ਕਹਿਣ ਦਾ ਮਤਲਬ ਕਿ ਅਸੀਂ ਕੋਈ ਇਹ ਝੂਠਾ ਲਾਰਾ ਨਹੀਂ, ਖਾਸ ਕਰਕੇ ਔਰਤਾਂ ਨਾਲ ਜੋ ਅਸੀਂ ਕਹਿੰਦੇ ਹਾਂ ਉਹ ਕਰਕੇ ਦਿਖਾਇਆ, ਅਤੇ ਅਸੀਂ 8500 ਰੁਪਇਆ ਅਗਰ ਕਾਂਗਰਸ ਪਾਰਟੀ ਦਾ ਪ੍ਰਧਾਨ ਮੰਤਰੀ ਬਣਦਾ ਤਾਂ 8500 ਰੁਪਇਆ ਅਸੀਂ ਦੇਸ਼ ਦੀ ਹਰ ਔਰਤ ਨੂੰ, ਵੱਡੀ ਔਰਤ ਨੂੰ, ਇੱਕ ਪਰਿਵਾਰ ਦੀ ਇੱਕ ਔਰਤ ਨੂੰ ਦੇਣ ਦੀ ਕੋਸ਼ਿਸ਼ ਕਰਾਂ। ਪਰ ਵਿਰੋਧੀ ਇਹ ਵੀ ਕਹਿੰਦੇ ਨੇ ਕਿ ਇੰਨਾ ਪੈਸਾ ਆਊਗਾ ਕਿੱਥੋਂ? ਵੜਿੰਗ ਸਾਹਿਬ, ਇਹ ਇਸ ਚੀਜ਼ ਦਾ ਵੀ ਸਾਰਾ ਜਿਹੜਾ ਤੈਅ ਹੈ ਕਿ ਪੈਸਾ ਇੰਨਾ ਆਊਗਾ ਕਿੱਥੋਂ, ਇੰਨੀਆਂ ਔਰਤਾਂ ਨੂੰ ਜਿਹੜਾ ਦੇਣਾ? 16 ਲੱਖ ਕਰੋੜ ਰੁਪਇਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਾਰਪੋਰੇਟ ਘਰਾਣਿਆਂ ਦਾ ਮਾਫ਼ ਕਰਤਾ ਜਿਨ੍ਹਾਂ ਨੇ ਕਦੇ ਧਰਨਾ ਨਹੀਂ ਲਾਇਆ। 16 ਲੱਖ ਕਰੋੜ ਜੀ, ਜਿਹੜੇ ਵਿਲਫੁਲ ਡਿਫਾਲਟਰ ਸਨ, ਜਾਣੀ ਕਿ ਬੇਈਮਾਨੀ ਨਾਲ ਉਹਨਾਂ ਨੇ ਡਿਫਾਲਟਰ ਹੋਏ, ਲੇਕਿਨ ਉਹਨਾਂ ਦਾ ਘਰ ਬੈਠਿਆਂ ਦਾ ਮਾਫ਼ ਕਰਤਾ, ਉਹਨਾਂ ਦੇ ਅਕਾਊਂਟ ਚੱਲ ਰਹੇ ਨੇ। ਗਰੀਬਾਂ ਦੀਆਂ ਵਿਚਾਰਿਆਂ ਦੀਆਂ 10-10 ਹਜ਼ਾਰ ਰੁਪਏ ਦੇ ਕਰਕੇ ਸਿਬਲਾਂ ਖਰਾਬ ਹੈ,
ਸੋ ਜੇ ਉਹ ਕਾਰਪੋਰੇਟ ਘਰਾਣਿਆਂ ਨੂੰ ਮਾਫ 16 ਲੱਖ ਕਰੋੜ ਹੋ ਸਕਦਾ, ਇੱਥੇ ਤਾਂ ਮੇਰੇ ਖਿਆਲ 1.5 ਲੱਖ ਕਰੋੜ ਰੁਪਏ ਦਾ ਖਰਚਾ ਹੋਣਾ। ਪ੍ਰਿੰਸ ਸਾਹਿਬ, ਆਖਰੀ ਸਵਾਲ ਆ, ਲੁਧਿਆਣਾ ਵਾਸੀਆਂ ਦੇ ਲਈ ਸੁਨੇਹਾ ਜ਼ਰੂਰ ਲੈਣਾ ਚਾਹੁੰਗਾ, ਕੀ ਕਹੋਗੇ ਲੁਧਿਆਣੇ ਵਾਲਿਆਂ ਨੂੰ? ਸੁਨੇਹਾ ਇਹ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹੁਣ ਰਿਪਲੇਸ ਕਰਨ ਦਾ ਸਮਾਂ ਆ ਗਿਆ। ਅਗਰ ਰਿਪਲੇਸ ਨਾ ਕੀਤਾ ਤਾਂ ਦੇਸ਼ ਦਾ ਸੰਵਿਧਾਨ ਖਤਰੇ 'ਚ ਹੋ ਸਕਦਾ ਹੈ। ਸੋ ਕੌਣ ਉਹਨੂੰ ਰਿਪਲੇਸ ਕਰ ਸਕਦਾ? ਅਗਰ ਤੁਹਾਨੂੰ ਲੱਗਦਾ ਅਕਾਲੀ ਰਿਪਲੇਸ ਕਰਦੇ ਹੈ ਜਾਂ ਆਮ ਆਦਮੀ ਪਾਰਟੀ ਰਿਪਲੇਸ ਕਰ ਸਕਦੀ ਹੈ ਤਾਂ ਫਿਰ ਉਹਨਾਂ ਨੂੰ ਵੋਟ ਪਾਓ। ਅਗਰ ਤੁਹਾਨੂੰ ਲੱਗਦਾ ਵੀ ਕਾਂਗਰਸ ਪਾਰਟੀ ਹੀ ਰਿਪਲੇਸ ਕਰ ਸਕਦੀ ਹੈ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਓ, ਤਾਂ ਜੋ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਹ ਤੁਹਾਡੀ ਆਵਾਜ਼ ਬੁਲੰਦ ਕਰ ਸਕਣ, ਔਰ ਨਾਲੇ ਆਪਣੇ ਕਾਂਗਰਸ ਪਾਰਟੀ ਦੇ ਪ੍ਰਾਈਮ ਮਿਨਿਸਟਰ ਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢ ਸਕਣ। ਸੋ ਇੱਕ ਨਿਕਾਤੀ ਨਾ ਇੱਧਰ ਨਾ ਉੱਧਰ, ਜਿਹੜੀ ਵੋਟ ਅਕਾਲੀ ਦਲ ਨੂੰ ਪਊਗੀ ਉਹ ਖਰਾਬ ਕਰਨਗੇ, ਜਿਹੜੀ ਵੋਟ ਝਾੜੂ ਨੂੰ ਪਊਗੀ ਉਹ ਵੀ ਖਰਾਬ ਹੋਏਗੀ। ਸਾਨੂੰ ਸਾਰਿਆਂ ਨੂੰ ਮੋਦੀ ਦੇ ਖਿਲਾਫ ਇੱਕ ਬੰਦੇ ਨੂੰ ਵੋਟ ਪਾਉਣੀ ਚਾਹੀਦੀ ਹੈ ਜਿਹੜੀ ਪਾਰਟੀ ਕਾਬਿਲ ਹੋਵੇ। ਪ੍ਰਿੰਸ ਸਾਹਿਬ, ਸਮਾਂ ਦਿੱਤਾ, ਬਹੁਤ ਧੰਨਵਾਦ। ਥੈਂਕ ਯੂ ਬ੍ਰਦਰ, ਥੈਂਕ ਯੂ। ਸੋ ਅਮਰਿੰਦਰ ਸਿੰਘ, ਰਾਜਾ ਵੜਿੰਗੋਰੀ ਸਾਡੇ ਨਾਲ ਜੁੜੇ ਹੋਏ ਸੀ, ਜਿੱਦਾਂ ਦਾਵਾ ਠੋਕਦੇ ਜਿਹੜੇ ਆ ਉਹ ਨਜ਼ਰ ਆਉਂਦੇ ਨੇ ਲੁਧਿਆਣੇ ਤੋਂ। ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ। ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ। ਹੁਣ ਆਪਣੇ ਦੋਸਤ ਜਸ ਕਰੇਵਾਉਂਦੇ ਹੋ ਇਜਾਜ਼ਤ, ਧੰਨਵਾਦ ਜੀ।